ਵਾਰਡ ਨੰਬਰ 26 ਤੋਂ ਕੈਂਪੂਰਾ ਮਹੱਲਾ ਦਾ ਮੈਂ ਰਹਿਣ ਵਾਲਾ ਅੱਜ 35 ਸਾਲ ਹੋ ਗਏ ਸਾਨੂੰ ਉੱਥੇ ਰਹਿੰਦੇ ਨੂੰ ਪਰ ਸਮੱਸਿਆ ਉਹੀ ਹੈ ਜੋ ਸਰਦਾਰ ਜੀ ਨੇ ਕਹੀ ਹੈ ਕਿ ਕੋਈ ਸਾਨੂੰ 10-15 ਸਾਲਾਂ 20 ਸਾਲਾਂ 'ਚ ਕੋਈ ਵਿਕਾਸ ਨਹੀਂ ਕੀਤਾ ਗਿਆ ਉਹਦੇ ਕਰਕੇ ਲੋਕ ਕਈ ਮਹੱਲੇ ਵਾਲੇ ਵੀ ਮੈਨੂੰ ਕਹਿੰਦੇ ਆ ਕਿ ਮੈਂ ਹੀ ਸਾਹਮਣੇ ਆਉਂਦਾ ਕਿ ਕਿਸੇ ਜਵਾਨ ਬੰਦੇ ਨੂੰ ਕੈਂਡੀਡੇਟ ਬਣਾਓ ਤਾਂ ਚਲੋ ਕੁਦਰਤੀ ਰੱਬ ਵੱਲੋਂ ਹੀ ਸਾਡੇ ਸੁਖਿੰਦਰ ਜੀ ਬੱਬਰ ਜੀ ਖੜ੍ਹੇ ਆ ਤਾਂ ਉਹਨਾਂ ਨੂੰ ਮੈਂ ਸਮੱਸਿਆ ਸਾਰੀ ਆਪਣੇ ਮਹੱਲੇ 'ਚ ਦੱਸੀ ਆ ਅਤੇ ਸਾਡੇ ਮਹੱਲੇ ਤੋਂ ਮੇਰੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੇ ਬੰਦੇ ਸਾਰੇ ਆਪਣੇ ਲਾ ਦਿੱਤੇ ਆ ਕਿ ਸਾਰਿਆਂ ਦਾ ਸਹੀ ਕੰਮ ਹੋ ਰਿਹਾ ਜੀ ਤਾਂ ਬੰਦੇ ਮਹੱਲੇ ਦੇ ਖੁਸ਼ ਵੀ ਆ ਕਿ ਉਹ ਕਹਿੰਦੇ ਅੱਗੇ ਵੀ ਅਸੀਂ ਅਤੇ ਕੰਮ 'ਤੇ ਰਵਾਂਗੇ ਜੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਗਿਆ ਤਾਂ ਅਸੀਂ ਕੰਮ ਕਰਾਵਾਂਗੇ ਇਸ ਤੋਂ ਪਹਿਲਾਂ ਜਿਹੜਾ ਕਿ ਭਸੀਨ ਪਰਿਵਾਰ ਕੈਂਡੀਡੇਟ ਰਹੇ ਜਿੱਤੇ ਤਾਂ ਉਹਨਾਂ ਵੱਲੋਂ ਲੋਕਾਂ ਦੇ ਪ੍ਰਤੀ ਕੀ ਬਿਹੇਵੀਅਰ ਹੁੰਦਾ ਸੀ ਇਸ ਤੋਂ ਪਹਿਲਾਂ ਵੀ ਕਈ ਕੈਂਡੀਡੇਟ ਆਏ ਆ ਕੋਈ ਕੰਮ ਨਹੀਂ ਗਿਆ ਹੁਣ ਭਸੀਨ ਜੀ ਆਏ ਆ ਉਹਨਾਂ ਨੂੰ ਵੀ ਮੈਂ 2-3 ਵਾਰੀ ਕਿਹਾ ਕਿ ਸਾਡੇ ਇੱਧਰ ਸੀਵਰੇਜ ਦੀ ਸਮੱਸਿਆ ਨਾਲੀਆਂ ਦੀ ਲਾਈਟਾਂ ਦੀਆਂ ਅਤੇ ਬਸ ਉਹ ਵੀ ਆਉਂਦਾ ਸੁਣ ਕੇ ਤੋ ਅੱਜ ਤੱਕ ਕਦੀ ਕੋਈ ਵਿਕਾਸ ਨਹੀਂ ਹੋਇਆ ਸਗੋਂ ਮੈਨੂੰ ਹੀ ਮਹੱਲੇ ਵਿੱਚੋਂ ਸਾਡਾ ਮਹੱਲਾ ਵੀ ਇੱਕ ਸਰਦਾਰਾਂ ਦਾ ਉਹਨਾਂ ਦਾ ਕਹਿੰਦੇ ਮੈਨੂੰ ਅੱਗੇ ਰੱਖਦੇ ਆ ਅਤੇ ਫਿਰ ਮੈਂ ਹਾਰ ਕੇ ਉਹਨਾਂ ਤੋਂ ਪਿੱਛੇ ਹੀ ਹੋ ਗਿਆ ਭੀਮ ਸਿੰਘ ਜੀ ਕਿਹੜੇ ਵਾਰਡ 'ਚ ਰਹਿੰਦੇ ਤੁਸੀਂ 26 ਨੰਬਰ ਵਾਰਡ 'ਚ ਤੁਹਾਡੇ ਜਿਹੜੀ ਪਹਿਲਾਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਸੀਗੀਆਂ ਉਹ ਹੁਣ ਹੱਲ ਹੋਈਆਂ ਕਿ ਪਹਿਲਾਂ ਵੀ ਹੱਲ ਹੋਈਆਂ ਨਹੀਂ ਪਹਿਲਾਂ ਤਾਂ ਹੱਲ ਨਹੀਂ ਹੁਣ ਬੱਬਰ ਜੀ ਕਰਾ ਰਹੇ ਆ ਮਹੱਲੇ 'ਚ ਕੰਮ ਮੇਰਾ ਨਾਮ ਵਰਿਆਮ ਸਿੰਘ ਕਪੂਰ ਹੈ ਵਾਰਡ ਨੰਬਰ 26 ਕਿਉਂਕਿ ਮਹੱਲਾ ਕਸਾਬਾ ਵੀ ਪੈਂਦਾ ਮਹੱਲਾ ਕਾਨਪੁਰਾ ਵੀ ਪੈਂਦਾ ਕਿਉਂਕਿ ਇਹ ਜੋ 14 ਫਰਵਰੀ ਦੀ ਇਲੈਕਸ਼ਨ ਹੋ ਰਹੀ ਹੈ ਇਹ ਬਹੁਤ ਮਹੱਤਵ ਰੱਖਦੀ ਹੈ ਸਾਡੇ ਵਾਰਡ ਨੰਬਰ 26 ਲਈ ਕਿਉਂਕਿ ਇਹਦੇ ਵਿੱਚ ਪਹਿਲਾਂ ਜਿਹੜੇ ਕੋਈ ਵੀ MC ਬਣੇ ਹਨ ਉਹਨਾਂ ਨੇ ਕੋਈ ਵਾਰਡ ਦਾ ਕੰਮ ਨਹੀਂ ਕੀਤਾ ਇਹਦੇ ਵਿੱਚ ਸੀਵਰੇਜ ਦੀ ਸਮੱਸਿਆ ਮੇਨ ਵਾਰਡ ਦੇ ਵਿੱਚ ਲਾਈਟ ਦੀ ਸਮੱਸਿਆ ਹਮੇਸ਼ਾ ਰਹੀ ਹੈ ਕਿਉਂਕਿ ਇਹਨਾਂ ਨੇ 5 ਸਾਲ ਇਹਨਾਂ ਨੇ ਇਸ ਵਾਰਡ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਹੁਣ ਇਸ ਵਾਰਡ ਦੇ ਲੋਕ ਕਾਫੀ ਜਾਗਰਿਤ ਹੋ ਚੁੱਕੇ ਹਨ ਉਹ ਕਿਸੇ ਨੌਜਵਾਨ ਸ਼ਖਸੀਅਤ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਉਹ ਨੌਜਵਾਨ ਸ਼ਖਸੀਅਤ ਹੈ ਸਰਦਾਰ ਸੁਖਜਿੰਦਰ ਸਿੰਘ ਜੀ ਬੱਬਰ ਜੋ ਇਸ ਵਾਰਡ ਦੇ ਵਿੱਚ ਇਹ ਇਲੈਕਸ਼ਨ ਲੜ ਰਹੇ ਹਨ ਅਸੀਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਪੁਰਾਣੇ ਤਾਂ ਅਸੀਂ ਪਹਿਲਾਂ ਅਜਮਾ ਕੇ ਦੇਖ ਚੁੱਕੇ ਹਨ ਨਵੇਂ ਬੰਦੇ ਨੂੰ ਮੌਕਾ ਦੇ ਕੇ ਅਸੀਂ ਇਸ ਵਾਰਡ ਦੀ ਬਿਹਤਰੀ ਲਈ ਆਪਾਂ ਇਸ ਸਰਦਾਰ ਸੁਖਜਿੰਦਰ ਸਿੰਘ ਬੱਬਰ ਨੂੰ ਅੱਗੇ ਲਿਆ ਕੇ ਇਹਨਾਂ ਨੂੰ ਚੋਣ ਜਿਤਾ ਕੇ ਕਿਉਂਕਿ ਅਸੀਂ ਆਪਣੇ ਵਾਰਡ ਦੇ ਜਿਹੜੇ ਅਧੂਰੇ ਕੰਮ ਪਏ ਹੋਏ ਹਨ ਉਹਨਾਂ ਨੂੰ ਅਸੀਂ ਕਰਵਾਈਏ ਉਹਨਾਂ ਨੇ ਬੱਬਰ ਸਾਹਿਬ ਨੇ ਸੁਖਜਿੰਦਰ ਸਿੰਘ ਬੱਬਰ ਨੇ ਹੁਣ ਤੋਂ ਹੀ ਇਸ ਵਾਰਡ ਦਾ ਮੁਆਇਨਾ ਕਰਕੇ ਜਿੱਥੇ ਜਿੱਥੇ ਵੀ ਜ਼ਰੂਰਤ ਹੈ ਜਾਂ ਸੀਵਰੇਜ ਬੰਦ ਹੈ ਜਾਂ ਨਾਲੀਆਂ ਸਾਫ਼ ਹੋਣ ਵਾਲੀਆਂ ਹਨ ਜਾਂ ਲਾਈਟ ਦਾ ਕੋਈ ਅਰੇਂਜਮੈਂਟ ਹੋਣ ਵਾਲਾ ਹੈ ਉਹ ਆਪ ਖੜ੍ਹੇ ਹੋ ਕੇ ਕਰਵਾਉਂਦੇ ਹਨ ਜੇ ਗੱਲ ਕੀਤੀ ਜਾਵੇ ਭਸੀਨ ਪਰਿਵਾਰ ਦੀ ਜਿਹੜਾ ਕਿ ਪਿਛਲੇ 10 ਸਾਲਾਂ ਤੋਂ ਵਾਰਡ ਦਾ MC ਵੀ ਰਿਹਾ ਵਾ ਪਰ ਜੇ ਵਿਕਾਸ ਦੇ ਕੰਮਾਂ ਨੂੰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਵਿਕਾਸ ਤੁਹਾਡੀ ਵਾਰਡਾਂ ਦੇ ਵਿੱਚ ਹੋਇਆ ਉਹਨੇ ਕੋਈ ਵਾਰਡ ਦਾ ਵਿਕਾਸ ਨਹੀਂ ਕਰਵਾਇਆ ਕਿਉਂਕਿ ਲੋਕ ਉਹ ਦੇਖ ਚੁੱਕੇ ਉਹਨੂੰ ਕਿਉਂਕਿ ਉਹਦੇ ਵੱਲ ਲੋਕ ਜਾਂਦੇ ਵੀ ਸੀ ਲੇਕਿਨ ਕਦੀ ਕੰਮ ਨਹੀਂ ਉਹ ਨਿਕਲਿਆ ਹੀ ਨਹੀਂ ਬਾਹਰ ਕਿਉਂਕਿ ਜਿੱਤ ਕੇ ਉਹ ਹੁਣ ਤਾਂ ਚਲੋ ਉਹਨੇ ਆਪਣਾ ਆਪ ਨੂੰ ਉੱਦਾਂ ਹੀ ਵੱਖਰਾ ਕਰ ਲਿਆ ਇਹ ਪਰਿਵਾਰ ਜਿਹੜੇ ਹਨ ਕੰਮ ਵਾਲੇ ਨਹੀਂ ਹਨ ਤੁਸੀਂ ਨਵੇਂ ਬੰਦੇ ਨੂੰ ਮੌਕਾ ਦਿਓ ਕਿ ਜਿਹੜਾ ਕਿ ਸੁਖਜਿੰਦਰ ਸਿੰਘ ਬੱਬਰ ਆ ਇੱਕ ਵਧੀਆ ਕੈਂਡੀਡੇਟ ਹੈ ਤੁਹਾਡੀ ਵਾਰਡ ਲਈ ਹਾਂ ਇੱਕ ਨੌਜਵਾਨ ਹੈ ਐਕਚੁਲੀ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੁੰਦਾ ਕੰਮ ਕਰਨ ਦਾ ਕਿਉਂਕਿ ਫਿਰ ਇੱਕ ਨਵਾਂ ਕੈਂਡੀਡੇਟ ਹੈ ਜਿਹਦੇ ਮਨ ਦੇ ਵਿੱਚ ਇਸ ਵਾਰਡ ਦੀ ਸੇਵਾ ਕਰਨ ਦਾ ਜਜ਼ਬਾ ਹੈ ਅਸੀਂ ਚਾਹੁੰਦੇ ਹਾਂ ਨਵੀਂ ਸ਼ਖਸੀਅਤ ਕੋਈ ਇਸ ਵਾਰਡ ਦੇ ਵਿੱਚ ਆਵੇ ਅਤੇ ਵਾਰਡ ਵਾਸੀਆਂ ਨੂੰ ਜਿਸ ਦਾ ਫਾਇਦਾ ਮਿਲ ਚੁੱਕੇ